ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਫੰਡਾਂ ਨੂੰ ਰੋਕ ਰਹੀ ਜੁਦੀ ਹੈ ਤੇ ਇਸ ਵਾਰ ਵੀ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਜੋ ਪੰਜਾਬ ਨੂੰ ਦੇਣਾ ਸੀ ਉਹ ਰੋਕ ਦਿੱਤਾ ਗਿਆ ਹੈ। ਪਹਿਲਾਂ ਮੁਖਤਰੀ ਪੰਜਾਬ ਕਹਿੰਦੇ ਕਿ ਸਾਨੂੰ ਥੋੜੇ ਪੈਸਿਆਂ ਦੀ ਲੋੜ ਹੀ ਨਹੀਂ। ਅਸੀਂ ਆਪਣੇ ਪੈਸਿਆਂ 'ਚੋ ਕੰਮ ਚਲਾ ਲਾਂਗੇ। ਕਿਉਂਕਿ 20000 ਕਰੋੜ ਰੁਪਇਆ ਤਾਂ ਇਹਨਾਂ ਨੇ ਮਾਈਨਿੰਗ 'ਚੋਂ ਕਮਾਉਣਾ ਹੈ। ਈਸ਼ਵਾਨ ਭਾਰਤ ਹਿਲ ਤੇ ਬੈਲਨੈਸ ਸੈਂਟਰ ਕੇਂਦਰ ਦੀਆਂ ਸਕੀਮਾਂ ਨੇ ਤੇ ਤੁਸੀਂ ਚੱਕ ਕੇ ਭੱਲਾ ਕਲੀਨਿਕ ਬਣਾ ਲੇ ਇੱਕ ਘਟੰਦਾ ਨਾਉਣੀ ਲੈ ਰਿਹਾ ਵੱਧ ਰਿਹਾ ਹੈ ਇਹਦੇ ਨਾਲ ਤਾਂ ਆ ਮੁਕਤ ਖੋਰੀਆਂ ਤੁਹਾਡੇ ਤੇ ਕਰਜ਼ਾ ਲੈ ਲੈ ਕਿ ਸਰਪੈਰੀਆਂ ਨੇ ਟਾਰਾ 370 ਹਟਾ ਦਿੱਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਪਰ ਉਸ ਨੂੰ ਚੁਣੌਤੀ ਦਿੱਤੀ ਗਈ ਸੀ ਕੋਰਟ ਦੇ ਵਿੱਚ ਪਰ ਹੁਣ ਕੋਰਟ ਦਾ ਫੈਸਲਾ ਕੇਂਦਰ ਸਰਕਾਰ ਦੇ ਹੱਕ ਚ ਆ ਟਲ ਗਿਆ। ਉਸ ਨੂੰ ਆੜੀਦਲ ਕਰਦੇ ਨਜਾਇਜ਼ ਮੈਨੂ ਲੈ ਕੇ ਇੱਕ ਤੋਂ ਵੱਡੀ ਕਾਰਵਾਈ ਦੇਖਣ ਨੂੰ ਮਿਲਿਆ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਬੀਸਾਂ ਦੇ ਟਿਫਨ ਟੂਬ ਬਹੁਤ ਜਬਤ ਕਰ ਲਏਗੇ। ਉੱਥੋਂ ਦੇ ਐਸਐਸਪੀ ਨੇ ਦਲਜਿੰਦਰ ਸਿੰਘ ਢਿੱਲੋਂ ਉਹ ਕਹਿੰਦੇ ਕਿ ਵੱਖ-ਵੱਖ ਥਾਂਾਂ ਦੇ ਉੱਤੇ ਜਦੋਂ ਛਾਪੇਮਾਰੀ ਕੀਤੀ ਗਈ ਕੁਕ ਸੁਪਰੀਮ ਕੋਰਟ ਨੇ ਕਿਹਾ ਕਦੇ ਕਦੇ ਕੋਈ ਡਰਾਈਵਰ ਫੜ ਲਿਆ ਹੁੰਦੇ ਆ ਕਦੇ ਕੋਈ ਮਜ਼ਦੂਰ ਫੜ ਲਿਆ ਹੁੰਦੇ ਆ ਅਸਲ ਬੰਦੇ ਤੇ ਤੁਸੀਂ ਕਾਰਵਾਈ ਹੀ ਨਹੀਂ ਕਰਦੇ ਜੀ ਆਂਧਰਾ ਪ੍ਰਦੇਸ਼ 4 ਤੋਂ 4.5 ਹਜ਼ਾਰ ਕਰੋੜ ਕਮਾ ਰਿਹਾ ਤੇਲਗਾਨਾ 3.5 ਤੋਂ 4 ਕਰੋੜ ਸਾਲਾਨਾ ਕਮਾ ਰਿਹਾ ਹੈ ਤੁਹਾਨੂੰ ਕਦੇ ਸ਼ਰਮ ਸ਼ਰਮ ਹੈ ਤੇ ਲੁੱਟਾਈ ਜਾਂਦੇ ਹੋ ਪੰਜਾਬ ਦੇ ਜਹਾਜ਼ਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਧਾਰੇ ਚੜਾ ਕੇ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਲ 'ਚ ਕਾਲ ਦੌਰਾਨ 40 ਕਰੋੜ ਜਮਾ ਕਰਵਾਏ ਸੰਸਲਾਨਾ ਮਹੀਨੇ ਵਿੱਚੋਂ ਅਬਰਿੰਦਰ ਸਿੰਘ ਦੀ ਸਾਹ ਕਾਰ ਵੇਲੇ ਗੈਰਕਾਨੂੰਨੀ ਮਾਈਨਿੰਗ ਦੀ ਸਲੂਤ ਦਿੱਤੀ ਗਈ ਸਰਕਾਰੀ ਖਜ਼ਾਨੇ ਵਿੱਚ ਤਕਰੀਬਨ ਤਕਰੀਬਨ 150 ਕਰੋੜ ਆਇਆ ਤੇ ਸਲਾਨਾ 150 ਕਰੋੜ ਜਵਾਬ ਕਰਾਇਗੇ ਬਦਲਾ ਕਿੱਥੇ ਹੈ ਪੰਚਾਇਤੀ ਚੋਣਾਂ ਕਾਫੀ ਦੇਰ ਤੋਂ ਲਟਕਦੀਆਂ ਹੋਈਆਂ ਨਜ਼ਰ ਆ ਰਹੀ ਸੀ ਪਰ ਹੁਣ ਆਸ ਜਾਗ ਗਈ ਹੈ ਕਿ ਇਹ ਪੰਚਾਇਤੀ ਚੋਣਾਂ ਅਗਲੇ ਮਹੀਨੇ ਹੋ ਸਕਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਇੱਕ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਹੈ ਇੱਕ ਤਾਂ ਜਿਹੜੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸ਼ਾਇਦ 18 ਤੋਂ ਕਨਿਗੜ ਜਿੱਤਾਂ ਬਣਾ ਦੇ ਨੇ ਜਗਜੀਤ ਸਿੰਘ ਢੱਲੇਵਾਲਾ ਤੇ ਉਹਨਾਂ ਦੀਆਂ ਹੋਰ ਜਥੇਬੰਦੀਆਂ ਨੇ 14 ਦਸੰਬਰ ਨੂੰ ਤਰਾਪੇ ਪਿੰਡ ਦੇ ਵਿੱਚ ਆਪਣੇ ਸ਼ਡਿਊਲ ਮੁਤਾਬਕ ਤਰਨਾ ਦੇ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਪਰਸ ਤੋਂ ਪਹਿਲਾਂ ਕਿਹਾ ਜਾ ਰਿਹਾ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਕਮੀ ਆ ਸਕਦੀ ਹੈ ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖ਼ਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬਹੁਤ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਫੰਡਾਂ ਨੂੰ ਰੋਕ ਦਿੰਦੀ ਹੈ ਤੇ ਇਸ ਵਾਰ ਵੀ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਜੋ ਪੰਜਾਬ ਨੂੰ ਦੇਣਾ ਸੀ ਉਹ ਰੋਕ ਦਿੱਤਾ ਗਿਆ ਹੈ ਜੀ ਕੇਂਦਰ ਦੇ ਵਿੱਤ ਮੰਤਰਾਲੇ ਨੇ ਪੰਜਾਬ ਦੀ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਇਸ ਤੋਂ ਪਹਿਲਾਂ ਸਾਡਾ ਤਕਰੀਬਨ 650 ਕਰੋੜ ਰੁਪਇਆ ਜਿਹੜਾ ਸੀ ਉਹ ਸਿਹਤ ਵਿਭਾਗ ਦੇ ਦਾ ਰੋਕ ਦਿੱਤਾ ਗਿਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਇਹ ਕਿਹਾ ਗਿਆ ਕਿ ਤੁਹਾਨੂੰ ਅਸੀਂ ਪੈਸੇ ਦਿੱਤੇ ਤੁਸੀਂ ਚੁੱਕ ਕੇ ਮhalla ਕਲੀਨਿਕ ਬਣਾ ਲੇ ਤੇ ਆਪਣੇ ਮੁੱਖ ਮੰਤਰੀ ਦੀ ਮਸ਼ਹੂਰੀ ਤੇ ਲਾਤੇ ਸਾਰਾ ਕੁਝ ਉਹ ਰੋਕ ਲਿਆ ਉਹਨਾਂ ਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਕਹਿੰਦੇ ਕੀ ਸੀ ਸਾਨੂੰ ਥੋੜੇ ਪੈਸਿਆਂ ਦੀ ਲੋੜ ਹੀ ਨਹੀਂ ਅਸੀਂ ਆਪਣੇ ਪੈਸੇ ਚੋਂ ਕੰਮ ਚਲਾ ਲਾਂਗੇ ਕਿਉਂਕਿ 20000 ਕਰੋੜ ਰੁਪਇਆ ਤਾਂ ਇਹਨਾਂ ਨੇ ਮਾਈਨਿੰਗ ਚੋਂ ਕਮਾਉਣੇ ਜੀ ਕਦੋਂ ਕਮਾਇਆ ਜਿਆਣਾ ਪਤਾ ਨਹੀਂ 5 ਸਾਲਾਂ ਚ ਕਮਾਇਆ ਜਾਊ ਜਾਂ ਵ੍ਰੋਧੀ ਤਾਂ ਕਹਿਦੀ ਹੈ ਵੀ ਇਹਨਾਂ ਨੇ 750 ਕਰੋੜ ਮੱਸਾ ਕਮਾਇਆ। ਜੇ 750 ਕਰੋੜ ਨੂੰ ਆਪਾਂ 5 ਸਾਲ ਨਾਲ ਗੁਣਾ ਕਰ ਦਈਏ 5 625 ਬਣੇ। ਆਪਾਂ ਵੱਧ ਆਉ ਦਿੰਨੇ ਆ ਥੋੜੀ ਜਿਹੀ 1000 ਕਰੋੜ ਕਰ ਦਿੰਨੇ ਆ। ਤੇ 20000 ਕਰੋੜ ਤਾਂ 5 ਸਾਲ ਚ ਵੀ ਬੰਨਾ ਹੈ ਨਾ ਤੂੰ। ਫਿਰ ਸਿਹਤ ਮਹਿਕਮੇ ਨੇ ਥੋੜੀ ਜਿਹੀ ਤਬਦੀਲੀ ਕੀਤੀ ਹੈ। ਜਿਹੜੇ ਪੁਰਾਣੇ ਸਿਹਤ ਕੇਂਦਰਾ ਪਿੰਡਾਂ ਦੇ ਵਿੱਚ ਬਣੇ ਹੋਏ। ਕਹਿੰਦੇ ਅਸੀਂ ਉਹਨਾਂ ਦੀ ਵਿਉਂਤਬੰਦੀ ਬਣਾ ਕੇ ਉਧਰ ਨੂੰ ਖਰਚ ਕਰਾਂਗੇ। ਇਸੇ ਤਰ੍ਹਾਂ ਸਾਡਾ ਵਿਹਾਰਤੀ ਵਿਕਾਸ ਫੰਡ ਵੀ ਫਸਿਆ ਹੋਇਆ ਹੈ ਪੰਜਾਬ ਸਰਕਾਰ ਨੂੰ ਸਪੈਸ਼ਲ ਪੈਕੇਜ ਦੇਣ ਤੋਂ ਇਨਕਾਰ ਕਰਤਾ 1837 ਕਰੋੜ ਦਾ ਸਪੈਸ਼ਲ ਉਹ ਤੋਂ ਕੋਰੀ ਨਾ ਜਿਹੜਾ ਇਹਨਾਂ ਨੇ ਵਰਾ ਕੇ ਭੇਜਿਆ ਸੀ ਇਹਨਾਂ ਨੂੰ ਚਿੱਠੀ ਲਿਖੀ ਹੈ ਉਹਦੇ ਵਿੱਚ ਕਿਹਾ ਕਿ ਹੈ ਕਿ ਜਿਹੜੀਆਂ ਕੇਂਦਰ ਸਪான்ਸਰਡ ਯੋਜਨਾਵਾਂ ਨੇ ਉਹਦੇ ਵਿੱਚ ਬ੍ਰਾਂਡਿੰਗ ਨਿਜਮਾ ਦੀ ਪਾਲਣਾ ਨਹੀਂ ਹੋ ਰਹੀ ਸੋ ਪਹਿਲਾਂ ਤੁਸੀਂ ਇਹ ਪਾਲਣਾ ਕਰੋ ਇਹ ਕੇਂਦਰ ਸਰਕਾਰ ਕਹਿੰਦੀ ਹੈ ਯੂਸ਼ਮਾਨ ਭਾਰਤ ਹੈਲਥ ਤੇ ਵੈਲਨੈਸ ਸੈਂਟਰ ਕੇਂਦਰ ਦੀਆਂ ਸਕੀਮਾਂ ਨੇ ਤੇ ਤੁਸੀਂ ਚੱਕ ਕੇ ਭੱਲਾ ਕਲੀਨਿਕ ਬਣਾ ਲੇ ਮੇਰਾ ਖਿਆਲ ਸਾਡੇ ਵੋ ਕੰਟਰੀ ਸਾਬਰੂ ਸੇਤ ਮੰਤਰੀ ਸਾਹਿਬ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਾਲ ਵੀ ਸਬੰਧਤ ਇਹ ਫੰਡਾਂ ਤੇ ਰੋਕ ਲੱਗੀ ਹੈ ਖਾਸ ਕਰ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਸਾਹਿਬ ਇਹਨਾਂ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਗਲੇ ਸਮੇਂ ਵਿੱਚ ਬਜਟ ਵੀ ਆ ਰਿਹਾ ਹੈ ਹਾਲਾਂਕਿ ਉਹ ਬਜਟ ਵਕਤੀ ਬਜਟ ਹੋਵੇਗਾ ਕਿਉਂਕਿ ਇਸ ਬਜਟ ਦੇ ਵਿੱਚ ਅਗਲਾ ਕਿਉਂਕਿ ਚੋਣਾਂ ਆ ਗਈਆਂ ਨੇ ਇਸ ਕਰਕੇ ਨੂੰ ਅੰਤਮ ਬਜਟ ਨਹੀਂ ਬਣਿਆ ਜਾਏਗਾ ਕਮ ਚਲਾਊ ਬਜਟ ਹੋਵੇਗਾ ਸੋ ਕੇਂਦਰ ਦੀ ਚਿੱਠੀ ਨੂੰ ਪੰਜਾਬ ਦੀ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਗੱਲਾਂ ਬਾਤਾਂ ਨਾਲ ਨਹੀਂ ਅਸੀਂ ਦੂਜਿਆਂ ਨੂੰ ਬਠੇਰਾ ਨਿੰਦ ਲਿਆ ਹੁਣ ਕੁਝ ਕਰਨ ਦੀ ਲੋੜ ਹੈ ਸਵਾਲ ਉੱਠ ਰਹੇ ਨੇ ਨਵੰਬਰ ਨਵੰਬਰ ਦੇ ਮਹੀਨੇ ਵਿੱਚ ਇਹਨਾਂ ਨੇ 4450 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ 941 ਤੋਂ ਬਾਅਦ ਫੇਰ 44 ਤੇ 953 5400 ਕਰੋੜ ਦੇ ਲਗਭਗ ਹੋ ਗਿਆ ਪਿਛਲੀ ਜਿਹੜੀ ਕੈਪਟਨ ਬਿਰਿੰਦਰ ਸਿੰਘ ਦੀ ਸਰਕਾਰ ਸੀ ਉਹ ਮਹੀਨੇ ਦਾ ਕਹਿੰਦੇ 3000 ਕਰੋੜ ਕਰਜ਼ਾ ਲੈਂਦੀ ਸੀ ਸ਼ਰਾਤੀ ਦੌਰ ਦੇ ਵਿੱਚ ਇਹਨਾਂ ਦਾ 500 ਕਰੋੜ ਵਧ ਗਿਆ ਤੇ ਹੁਣ ਤਾਂ ਇਹ 5 ਤੋਂ ਵੀ ਟੱਪ ਗਿਆ 1256 60 ਹਜ਼ਾਰ ਕਰੋੜ ਇੱਕ ਸਾਲ ਦਾ ਇਹ ਤਾਂ ਬਹੁਤ ਜ਼ਿਆਦਾ ਹੈ ਜਿੰਨਾ ਕਰਜ਼ਾ ਪੰਜਾਬ ਦੇ ਸਤੇ 3 ਲੱਖ ਕਰੋੜ ਜਾਂ 60 3 ਲੱਖ ਦਾ ਜੋ ਵੀ ਹੈ ਇੱਕ ਘਟਨ ਦਾ ਨਾਉ ਨਹੀਂ ਲੈ ਰਿਹਾ ਵੱਧ ਰਿਹਾ ਹੈ ਇਹਦੇ ਨਾਲ ਤਾਂ ਆ ਮੁਕਤ ਖੋਰੀਆਂ ਤੁਹਾਡੇ ਤੇ ਕਰਜ਼ਾ ਲੈ ਲੈ ਕਿ ਸਰਪੈਰੀਆਂ ਨੇ ਸੋਚੋ ਤੁਸੀਂ ਵੀ ਨਾ ਕਰੋ ਕਿਸਾਨੇ ਨਹੀਂ ਲੈਣਾ ਔਰ ਕਾਊਂਟ ਕਰਦਾ ਨਾ ਇੱਥੇ ਜਿਹੜੀਆਂ ਯੋਜਨਾਵਾਂ ਮੁਫਤ ਯਾਤਰਾ ਬੱਸਾਂ ਦੇ ਉੱਤੇ ਕਿੱਡੀ ਹੈਰਾਨੀ ਹੈ ਨਹੀਂ ਹੱਸੋ ਹੀ ਨਹੀਂ ਗੱਲ ਹੈ ਮੈਂ ਦੇਖ ਰਿਹਾ ਸੀ ਇੱਕ ਬੀਬੀ ਜੀ ਪ੍ਰਿੰਸੀਪਲ ਲੱਗੇ ਹੋਏ ਨੇ 5 ਲੱਖ ਤਨਖਾਹ ਆ ਜੀ ਉਹ ਵੀ ਮੁਫਤ ਹੈ ਇੱਕ ਦਿਹਾੜੀਦਾਰ ਕੰਮਾਂ 0.5 ਕਿਸੂ ਦਿਹਾੜੀ ਮਿਲਦੀ ਹੈ ਉਹ ਟਿਕਟ ਦਿੰਦਾ 500 ਦਿਹਾੜੀ ਦੇ हिसाब ਨਾਲ 15000 ਹੋਈ ਉਹਦੇ ਨਾਲ ਉਹ 10 ਗੁਣਾ ਤਨਖਾਹ ਵਧ ਲੈਣ ਵਾਲੀ ਉਹ ਮੁਖਤ ਹੈ ਜਦੋਂ ਮੁਖਤ ਦੀਆਂ ਰਿਓੜੀਆਂ ਐਂ ਵੰਡੋਂਗੇ ਤੇ ਖਜ਼ਾਨਾ ਤਾਂ ਖਾਲੀ ਹੋਣਾ ਹੀ ਹੈ ਜੀ ਸੋ ਨਾਲੇ ਗੱਲ ਕਰਦਿਆਂ ਧਾਰਾ 370 ਹਟਾ ਦਿੱਤੀ ਗਈ ਸੀਗੀ ਕੇਂਦਰ ਸਰਕਾਰ ਵੱਲੋਂ ਪਰ ਉਸ ਨੂੰ ਚੁਣੌਤੀ ਦਿੱਤੀ ਗਈ ਸੀ کورٹ ਦੇ ਵਿੱਚ ਪਰ ਹੁਣ کورٹ ਦਾ ਫੈਸਲਾ ਕੇਂਦਰ ਸਰਕਾਰ ਦੇ ਹੱਕ ਚੈਟਲਸ ਦੇਖੋ ਕੇਂਦਰ ਦੀ ਸਰਕਾਰ ਨੇ ਜਦੋਂ ਕੀਤਾ ਹੋਣਾ ਉਹਦਾ ਕਾਨੂੰਨਰ ਪੱਖ ਤਾਂ ਜਾਣਿਆ ਹੋਣਾ ਨਾ ਪੰਜ ਜਿੱਜਾ ਦਾ ਬੈਂਚ ਚੰਦਰ ਚੂੜੂ ਸਾਬ ਨੇ ਕਿਹਾ ਜਿਹੜੇ ਸਾਡੇ ਮੁੱਖ ਜੱਜ ਨੇ ਵੀ ਜੰਮੂ ਕਸ਼ਮੀਰ ਸਾਡਾ ਨਿਖੜ ਮੰਗ ਹੈ ਕੇਂਦਰ ਸਰਕਾਰ ਤੇ ਫੈਸਲਾ ਕਹਿੰਦੇ ਹਰ ਮਾਮਲੇ ਦੇ ਉੱਤੇ ਆਪਾਂ ਸਵਾਲ ਚੱਕ ਲਈਏ ਇਹ ਵੀ ਉਚਿਤ ਨਹੀਂ ਕੇਂਦਰ ਵੱਲੋਂ ਰਾਜ ਵੱਲੋਂ ਕੇਂਦਰ ਦੁਆਰਾ ਲਿਆ ਗਿਆ ਫੈਸਲਾ ਚਰਚੋਤੀ ਦੇ ਅਧੀਨ ਨਹੀਂ ਹੈ ਇਸ ਨਾਲ ਅਰਾਜਕਤਾ ਅਨਿਸ਼ਚਿਤਤਾ ਪੈਦਾ ਹੋਵੇਗੀ ਸੂਬੇ ਦਾ ਪ੍ਰਸ਼ਾਸਨ ਠਾਪੋ ਕੇ ਰਹਿ ਜਾਏਗਾ ਉਹਨਾਂ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣ 370 ਆਰਟੀਕਲ ਨੂੰ ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ 370 ਨੂੰ ਹਟਾਉਣਾ ਸੰਵਿਧਾਨਕ ਤੌਰ ਤੇ ਸਹੀ ਹੈ ਉਹਨਾਂ ਨੇ ਕਿਹਾ ਕਿ ਹਰ ਫੈਸਲੇ ਨੂੰ ਅਦਾਲਤਾਂ ਵਿੱਚ ਚਰਚਾ ਨਹੀਂ ਦਿੱਤੀ ਜਾ ਸਕਦੀ ਜੇਕਰ ਕੇਂਦਰ ਦੇ ਫੈਸਲੇ ਨਾਲ ਕਿਸੇ ਤਰ੍ਹਾਂ ਦੀ ਮੁਸ਼ਕਲ ਖੜੀ ਹੋ ਜਾਵੇ ਇਸ ਨੂੰ ਚਰਚਾ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਪਟੀਸ਼ਨਰ ਕਰਤਾਵਾਂ ਦੀ ਦਲੀਲ ਖਾਰਜ ਕਰ ਦਿੱਤੀ ਕਿ ਰਾਸ਼ਟਰਪਤੀ ਸੈਸ਼ਨ ਦੌਰਾਨ ਕੇਂਦਰ ਅਜਿਹਾ ਕੋਈ ਫੈਸਲਾ ਨਹੀਂ ਲੈ ਸਕਦਾ ਜਿਸ ਵਿੱਚ ਬਦਲਾਅ ਨਾ ਕੀਤਾ ਜਾ ਸਕੇ ਮੁੱਖ ਜੱਜ ਨੇ ਇਹ ਵੀ ਕਿਹਾ ਆਰਟੀਕਲ 356 ਤੋਂ ਬਾਅਦ ਕੇਂਦਰ ਸਿਰਫ ਸੰਸਦ ਕੋਲੋਂ ਕਾਨੂੰਨ ਹੀ ਬਣਾ ਸਕਦਾ ਹੈ ਅਜਿਹਾ ਕਹਿਣਾ ਸਹੀ ਨਹੀਂ ਹੋਵੇਗਾ ਉਹਨਾਂ ਦੇ ਫੈਸਲੇ ਵਿੱਚ ਤਿੰਨ ਜੱਜਾਂ ਦੀ ਜੱਜਮੈਂਟ ਹੈ ਚੀਫ ਜਸਟਿਸ ਸਾਹਿਬ ਜਸਟਿਸ ਬੀ ਆਰ ਗਵਈ ਤੇ ਜਸਟਿਸ ਸੂਰੀਆ ਕਾਂਤ ਦੂਜੇ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਖੰਨਾ ਦੋਹਾ ਫੈਸਲੇ ਨਾਲ ਸਹਿਮਤ ਦੱਸੇ ਜਾਂਦੇ ਨੇ ਜੀ ਸੋ ਨਾਲ ਹੀ ਗੱਲ ਕਰਦੇ ਨਜਾਇਜ਼ ਮੈਨੂ ਲੈ ਕੇ ਤੇ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਬੀਸਾਂ ਤੇ ਟਿੱਪਨ ਇੰਟਲ ਸਭ ਉਹ ਜਬਤ ਕਰ ਲਏਗੇ ਨੇ ਜੀ ਪਠਾਨਕੋਟ ਦੀ ਇਹ ਗੱਲਬਾਤ ਆ ਭਾਬਾਵਾ ਚਿਰ ਤੋਂ ਇਹਦੇ ਤੇ ਗੱਲਾਂ ਕਰਦੇ ਰਹੇ ਆ ਇਹ ਅੱਜ ਦੀ ਨਹੀਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਚੱਲਦੀ ਪਈ ਹੈ ਜੀ ਉੱਥੋਂ ਦੇ ਐਸਐਸਪੀ ਨੇ ਦਲਜੀਤ ਸਿੰਘ ਢਿੱਲੋਂ ਉਹ ਕਹਿੰਦੇ ਕਿ ਬਖ ਬਖ ਥਮਾ ਦੇ ਉੱਤੇ ਜਦੋਂ ਛਾਪੇਮਾਰੀ ਕੀਤੀ ਗਈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਦੇ-ਕਦੇ ਕਿ ਡਰਾਈਵਰ ਫੜ ਲਏ ਹੁੰਦੇ ਆ ਕਦੇ ਕੋਈ ਮਜ਼ਦੂਰ ਫੜ ਲਏ ਹੁੰਦੇ ਆ ਅਸਲ ਬੰਦੇ ਉਧਰ ਤੁਸੀਂ ਕਾਰਵਾਈ ਹੀ ਨਹੀਂ ਕਰਦੇ ਜੀ ਉਹ ਕਹਿੰਦੇ ਪੰਜ ਕਥਤ ਦੋਸ਼ੀ ਫੜੇ ਨੇ ਦੋ ਬਖ ਬਖ ਕ੍ਰੈਸ਼ਰਾਂ ਤੇ ਕੰਮ ਕਰਦੇ ਸੀ ਪੁਲਿਸ ਵੱਲੋਂ ਸ਼ਮਾਰਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਉਹਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੋ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ 4 ਪੋਕਲੈਂਡ ਮਸ਼ੀਨਾਂ ਤੇ 3 ਟਿਪਰ ਜ਼ਬਤ ਕੀਤੇ ਇਹ ਹੈਗੀ ਇੱਕ ਜੀ ਹੁਣ ਇਹਦੇ ਮਾਮਲੇ ਦੇ ਵਿੱਚ ਨਾਲ-ਨਾਲ ਸਾਬਕਾ ਸਾਂਸਦ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੱਕੇ ਨੇ ਉਹ ਕਹਦੇ ਅਲੀ ਬਾਬਾ 40 ਚੋਰ ਕੰਮ ਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਦਾ ਪਿੰਡ ਹੈ ਚਾਂਦਪੁਰ ਜਿੱਥੇ ਮਾਈਨਿੰਗ ਜੋਰਾ ਤੇ ਹੈ ਪੰਜਾਬ ਦਾ ਮਾਈਨਿੰਗ ਮਾਲੀਆ 200 ਕਰੋੜ ਸਾਲਾਨਾ ਰਹਿੰਦਾ ਹੈ ਆਂਧਰਾ ਪ੍ਰਦੇਸ਼ 4 ਤੋਂ 4.5 ਹਜ਼ਾਰ ਕਰੋੜ ਕੁਮਾਰਿਆ ਤੇਲਗਾਨਾ 3.5 ਤੋਂ 4 ਕਰੋੜ ਸਾਲਾਨਾ ਕਮਾ ਰਿਹਾ ਹੈ ਤੁਹਾਨੂੰ ਕਦੇ ਸ਼ਰਮ ਸ਼ਰਮ ਹੈ ਤੇ ਲੁੱਟਾਈ ਜਾਂਦੇ ਹੋ ਪੰਜਾਬ ਦੇ ਜਹਾਜ਼ਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਧਾੜੇ ਚੜਾ ਕੇ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ 40 ਕਰੋੜ ਜਵਾਬ ਕਰਵਾਏ ਸੰਸਲਾਨਾ ਮੈਨਿੰਗ ਚੋਂ ਅਬਰਿੰਦਰ ਸਿੰਘ ਦੀ ਸਾਹ ਕਾਰ ਵੇਲੇ ਗੈਰਕਾਨੂੰਨੀ ਮਾਈਨਿੰਗ ਦੀ ਸਲੂਤ ਦਿੱਤੀ ਗਈ ਸਰਕਾਰੀ ਖਜ਼ਾਨੇ ਵਿੱਚ ਤਕਰੀਬਨ ਤਕਰੀਬਨ 150 ਕਰੋੜ ਆਇਆ ਤੇ ਸਾਲਾਨਾ 150 ਕਰੋੜ ਜਮਾ ਕਰਾਏਗੇ ਬਦਲਾ ਕਿੱਥੇ ਹੈ ਉਹ ਕਹਿੰਦੇ ਕਿ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਵੀ ਮਾਈਨਿੰਗ ਸਹੂਲਤ ਦਿੱਤੀ ਗਈ ਅਤੇ 150 ਕਰੋੜ ਹੋਣਾ ਹੁੰਦਾ ਹੈ ਬਾਈਬਾ ਸਾਹਿਬ 125 ਕਹਿੰਦੇ ਹੈ 150 ਕਹਿੰਦਾ ਉਹ ਕਹਿੰਦੇ ਬਦਲਾਖ ਕਿਥੇ 1300 ਕਿਲੋਮੀਟਰ ਦੇ ਰਿਆ ਆ ਦੇ ਕਿਨਾਰੇ ਵਾਲੇ ਕ੍ਰੈਸ਼ਰ ਅਤੇ ਮਾਈਨਿੰਗ ਤੋਂ ਪੰਜਾਬ ਦਾ ਸਭਾਵੀ ਮਾਲੀਆ 5000 ਕਰੋੜ ਆ ਸਕਦਾ ਹੈ 5 ਤੋਂ 10000 ਕਰੋੜ ਤੇ ਤੁਸੀਂ ਪਿਛਲੀਆਂ ਸਰਕਾਰਾਂ ਬਾਾਂ ਗਈ ਸਭਾਵੀ ਮਾਲੀਏ ਨੂੰ ਜੇਬਾਂ ਵਿੱਚ ਚਿਹਤਿਆਂ ਦੇ ਪਾਉਣਾ ਜਾਰੀ ਰੱਖਿਆ ਬੈ ਫੌਜੀ ਅਧਿਕਾਰੀ ਕਹਿ ਦੇਣ ਇਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਖਤਰਾ ਬਣ ਸਕਦੀ ਹੈ ਤੁਸੀਂ ਚੁੱਪੋ ਇਹ ਚੀਜ਼ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂਆਂ ਨੇ ਵੀ ਦਿਖਾਈ ਉਹ ਸਾਈਟ ਤੇ ਚਲੇ ਗਏ ਇਹ ਸਾਰਾ ਕੁਝ ਦੋਸ਼ ਲਾਇਆ ਕਿ ਮੁੱਖ ਮੰਤਰੀ ਤੇ ਅਨੰਦਪੁਰ ਸਾਹਿਬ ਖੇਤਰ ਦਾ ਇੱਕ ਮੰਤਰੀ ਉਹ ਜ਼ਿੰਮੇਵਾਰ ਨੇ ਉਥੇ 14-15 ਟਿੱਪਰ ਖੜੇ ਨੇ ਉਹਨਾਂ ਨੇ ਉਹਦੀ ਫੋਟੋ ਵੀ ਜਾਰੀ ਕੀਤੀ ਹੈ ਜੀ ਸੋ ਮਾਈਨਿੰਗ ਦੇ ਮਾਮਲੇ ਵਿੱਚ ਸਾਡੇ ਕੰਨ ਭੱਕ ਗਏ ਅਏ ਕਰਦਿਆਂਗੇ ਉਹ ਕਰਦਿਆਂਗੇ ਉਲਟਾ ਬੇੜਾ ਅਗਰ ਖੁੰਦਾ ਜਾ ਰਿਹਾ ਹੈ ਜਿਹੜਾ ਅਸੀਂ ਦੇਖਦੇ ਪਈ ਆ ਜੀ ਤੁਸੀਂ ਪੰਚਾਇਤੀ ਚੋਣਾਂ ਕਾਫੀ ਦੇਰ ਤੋਂ ਲਟਕਦੀਆਂ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਆਸ ਜਾਗ ਗਈ ਹੈ ਕਿ ਇਹ ਪੰਚਾਇਤੀ ਚੋਣਾਂ ਅਗਲੇ ਮਹੀਨੇ ਹੋ ਸਕਦੀਆਂ ਨੇ ਜੀ ਜਦੋਂ ਤੋਂ ਸੁਪਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਚੋਣ ਅਧਿਕਾਰੀ ਨੂੰ 50000 ਦਾ ਜੁਰਮਾਨਾ ਕੀਤਾ ਹੈ ਕਿ ਸ਼ੈਡਿਊਲ ਕਿੱਥੇ ਕਦੋਂ ਵੋਟਾਂ ਬੰਨੀਆਂ ਨੇ ਕਦੋਂ ਵੋਟਾਂ ਖਤਮ ਹੋਣੀਆਂ ਨੇ ਕਦੋਂ ਚੋਣਾਂ ਕਰਾਉਂਗੇ ਇਹਦੇ ਬਾਰੇ ਦੱਸਿਆ ਚਾਹੀ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਨੂੰ ਨੇ ਆ ਰਹੀ ਹੈ ਇਹ ਚੋਣਾਂ ਫਰਵਰੀ ਦੇ ਮਹੀਨੇ ਵਿੱਚ ਹੋ ਸਕਦੀਆਂ ਨੇ। ਚੋਣ ਕਮਿਸ਼ਨ ਨੇ ਕਹਿੰਦੇ ਸਾਰੇ ਦਫ਼ਤਰਾਂ ਨੂੰ ਨੋਟੀਫਿਕੇਸ਼ਨ ਭੇਜ ਦਿੱਤਾ ਹੈ। 7 ਜਨਵਰੀ ਤੱਕ ਫਾਈਨਲ ਵੋਟਰ ਸੂਚੀਆਂ ਤਿਆਰ ਕਰਨ ਦਾ ਜਨਵਰੀ ਜਾਂ ਫਰਵਰੀ ਦੇ ਪਹਿਲੇ ਹਫਤੇ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਐ ਡੀਸੀ ਦਫ਼ਤਰਾਂ ਨੂੰ ਭੇਜੇ ਨੋਟੀਫਿਕੇਸ਼ਨ ਵਿੱਚ ਆਦੇਸ਼ ਦਿੱਤਾ ਕਿ 7 ਜਨਵਰੀ ਤੱਕ ਵੋਟਰ ਸੂਚੀ ਤਿਆਰ ਕੀ ਕਰਕੇ ਬੜਾਈ ਜਾਵੇ ਸੂਚੀਆਂ ਦਾ ਡਰਾਫਟ ਨੋਟੀਫਿਕੇਸ਼ਨ 20 ਦਸੰਬਰ ਤੱਕ ਤਿਆਰ ਕੀਤਾ ਜਾਣਾ ਹੈ ਨੋਟੀਫਿਕੇਸ਼ਨ ਵਿੱਚ 5 ਜਨਵਰੀ ਤੱਕ ਦਾਅਵੇ ਤੇ ਇਤਰਾਜ਼ਾਂ ਦਾ ਨਪਟਾਰਾ ਕਰਨ ਲਈ ਕਿਹਾ ਗਿਆ। ਅੰਤਮ ਸੂਚੀ 7 ਜਨਵਰੀ ਨੂੰ ਤਿਆਰ ਹੋ ਜਾਵੇਗੀ। ਤਾਂ ਜੋ ਜਨਵਰੀ ਜੋ ਬੱਦ ਤੋਂ ਬੱਦ ਲੱਗ ਜੇ ਤਾਂ ਫਰਵਰੀ ਦੇ ਪਹਿਲੇ ਹਫਤੇ ਇਹ ਚੋਣਾ ਕਰਾਂਗਾ ਜਾਣ। ਹਾਈ ਕੋਰਟ ਨੇ ਇਸ ਸਰਕਾਰਾਂ ਪ੍ਰਸਾਦਾਂ ਖਾਸ ਕਰ ਪੰਜਾਬ ਦੀ ਸਰਕਾਰ ਜੀ। ਪੰਚਾਇਤੀ ਚੋਣਾਂ ਵਿੱਚ ਜਦੋਂ ਤੱਕੇਸ਼ਾਈ ਵਾਵਾ ਹੋਈ ਜਿਹਨੂੰ ਨਜ਼ਰ ਅੰਦਾਜ਼ਰੀ ਕੀਤਾ ਜਾ ਸਕਦਾ ਇਹ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਹੋ ਰਿਹਾ ਪਹਿਲਾਂ ਨਹੀਂ ਸੀ ਲੋਕ ਆਰਮਨਾਲ ਵੋਟਾਂ ਪਾਉਂਦੇ ਸੀ ਕਾਲੀ ਜਿੱਥੇ ਕਾਂਗਰਸੀ ਜਿੱਤੇ ਪਹਿਲੀ ਵਾਰ ਸਥਾਨਕ ਚੋਣਾਂ ਦੇ ਵਿੱਚ ਜਾਂ ਪੰਚਾਇਤ ਚੋਣਾਂ ਦੇ ਵਿੱਚ ਜਦ ਤੱਕੇਸ਼ਾਈ ਹੋਈ 2002 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਲੇ ਹੋਈ ਉਸ ਤੋਂ ਬਾਅਦ ਉਹਨਾਂ ਦੇ 21 ਦੇ 52 ਸੁਖਵੀਰ ਸੁਬਾਦਲ ਨੇ 2007 ਤੋਂ 12 ਵਿੱਚ ਪਾਏ 12 ਤੋਂ 17 ਵਿੱਚ ਇਹ ਹੋਰ ਪਹਿਲਾਂ 31 ਵਾਈ 52 ਪਾਤੇ ਤੇ 7 ਤੋਂ 17 ਤੋਂ 22 ਤੱਕ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨਾਂ ਨੂੰ 101 ਪਾਤਾ ਇਹ ਕਹਿੰਦੇ ਅਸੀਂ 151 ਪਾਉਣੇ ਨੇ ਜਦੋਂ ਪੰਚਾਇਤੀ ਚੋਣਾਂ ਸਥਾਨਕ ਚੋਣਾਂ ਵਿੱਚ ਲੜਾਈ ਝਗੜਾ ਹੁੰਦਾ ਧੱਕੇਸ਼ਾਹੀ ਹੁੰਦੀ ਹੈ ਸਰਕਾਰ ਨੂੰ ਉਹਦਾ ਖਮਿਆਜਾ ਫਿਰ ਲੋਕ ਸਭਾ ਚੋਣਾਂ ਚ ਪੁੱਗਤਣਾ ਪੈਂਦਾ ਇਹ ਹੁਣ ਸਰਕਾਰ ਦੇਖ ਲੇ ਇਹਨਾਂ ਨੇ ਲੋਕ ਸਭਾ ਚੋਣਾਂ ਜਿੱਤਣੀਆਂ ਨੇ ਜਾਂ ਪੰਚਾਇਤੀ ਚੋਣਾਂ ਜਾਂ ਇਹਦਾ ਫਾਹਾ ਵਧਿਆ ਜਾਵੇ ਸਾਰੇ ਮੁਲਕ ਦੇ ਵਿੱਚ ਇੱਕੋ ਵਾਰ ਚੋਣਾਂ ਹੋ ਜਾਣ ਸਿਰ ਪੰਜ ਦੇ ਪੰਜ ਸਾਲ ਇੱਥੇ ਚੋਣਾਂ 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 ਕਦੇ ਕਿਸੇ ਰਾਜ ਕਿਤੇ ਕਿਸੇ ਰਾਜ ਇਸੇ ਪੰਜ ਤੁਰੇ ਫਿਰੋ ਜੀ ਜੀ ਸੁਣਨ ਵਾਲੀ ਗੱਲ ਕਰਦੇ ਨੇ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਗਈ ਹੈ ਕਿਸਾਨਾਂ ਨੇ ਕਈ ਪ੍ਰੋਗਰਾਮ ਦਿੱਤੇ ਹੋਏ ਨੇ ਇੱਕ ਤਾਂ ਜਿਹੜੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸ਼ਾਇਦ 18 ਤੋਂ ਚੰਡੀਗੜ੍ਹ 'ਚ ਧਰਨਾ ਦੇ ਨੇ ਜਗਜੀਤ ਸਿੰਘ ਡੱਲੇਵਾਲਾ ਤੇ ਉਹਨਾਂ ਦੀਆਂ ਹੋਰ ਜਥੇਬੰਦੀਆਂ ਨੇ 14 ਦਸੰਬਰ ਨੂੰ ਸਰਾਬੇ ਪਿੰਡ ਦੇ ਵਿੱਚ ਆਪਣੇ ਸ਼ੈਡਿਊਲ ਮੁਤਾਬਕ ਧਰਨਾ ਦੇ ਨੇ ਇਸੇ ਤਰ੍ਹਾਂ ਕਹਿੰਦੇ 2 ਜਨਵਰੀ ਨੂੰ ਦੰਡੇ ਵਾਲਾ ਗੁਰੂ ਦੇ ਵਿੱਚ ਧਰਨਾ ਦਿੱਤਾ ਜਾਵੇਗਾ ਆ ਵੱਖ-ਵੱਖ ਇਹਨਾਂ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਧਰਨੇ ਇਸ ਤਰੀਕੇ ਨਾਲ ਦਿੱਤੇ ਜਾਣਗੇ ਇਹ ਕਿਸਾਨ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਜਾਰੀ ਕਰਤਾ ਹੈ ਜੀ ਤੋਂ ਸਿਕਲ ਲੁਧਿਆਣੇ ਦੇ ਵਿੱਚ ਉਹ ਖਬਰ ਸਾਹਮਣੇ ਆ ਲੁਧਿਆਣੇ ਦੇ ਇੱਕ ਮੰਦਿਰ ਦੇ ਵਿੱਚ ਆਰਤੀ ਚੱਲ ਰਹੀ ਸੀ ਤੇ ਕੁਝ ਨੌਜਵਾਨ ਬੂਟ ਪਾ ਕੇ ਹੀ ਮੰਦਿਰ ਵਿੱਚ ਵੜ ਜਾਂਦੇ ਨੇ ਤੇ ਆਰਤੀ ਬੰਦ ਕਰਾ ਦੇ ਤੇ ਕਰਾ ਦਿੰਦੇ ਨੇ ਜੀ ਇਹ ਮੰਦਿਰ ਨੂੰ ਲੈ ਕੇ ਕਾਫੀ ਮੰਤਪਾਗੀ ਘਟਨਾ ਜੀ ਤੇ Hindu ਭਾਈਚਾਰੇ ਇੱਕ ਰੋਸ ਵਿੱਚ ਤਾਇਆ ਜਾ ਰਿਹਾ ਜੀ ਦੇਖੋ ਬਲਵਿੰਦਰ ਗੁਰਦਵਸਪਨ ਸਾਹਿਬ ਨੇ ਕਿਹਾ ਕਿ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਪਰ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਜੀ ਜਿੰਨਾ ਮਰਜੀ ਲੁੱਟ ਲੋ ਜਿੰਨਾ ਮਰਜੀ ਅਨੰਤ ਵਾਰ ਇੱਥੇ ਐਨੇ ਕਹਿੰਦੇ ਅਮਰੀਕਾ ਦੇ ਵਿੱਚ 33 ਕਰੋੜ ਆਬਾਦੀ ਹੈ ਸਾਡੇ ਤੇ ਤੇ 33000 ਕਰੋੜ ਬੰਦੇ 3300 ਕਰੋੜ ਦੇਵੀ ਦੇਵਤੇ ਨੇ ਅੰਗਰੇਜ਼ ਸਾਰੇ ਨਰਕ ਚ ਤੁਰੇ ਫਿਰਦੇ ਆ ਸੁਰਗ ਦੇ ਵਿੱਚ ਤਾਂ ਸੀ ਹੈ ਜੀ ਧਰਮ ਦੇ ਨਾਂ ਤੇ ਧਰਮ ਦੀ ਆੜ ਦੇ ਵਿੱਚ ਜੋ ਕਬਜ਼ੇ ਹੋ ਰਹੇ ਨੇ ਦੂਜਾ ਹੋ ਰਿਹਾ ਚੌਥਾ ਹੋ ਰਿਹਾ ਇਹ ਬਿਲਕੁਲ ਗਲਤ ਆ ਉਹਦਾ ਕਾਰਨ ਕੀ ਹੈ ਜਿੰਨਾਂ ਚੀਜ਼ਾਂ ਚੋਂ ਸਾਨੂੰ ਕੱਢਿਆ ਸੀ ਸੀ ਉਹਨਾਂ ਵਿੱਚ ਹੀ ਫੇਰ ਦੁਬਾਰਾ ਤਸਦੇ ਜਾ ਰਹੇ ਆ ਆਪਾਂ ਧਰਮ ਨੂੰ ਆਖੇ ਦੇਸ਼ ਹੈ ਆਪਣੇ ਸਵੇਤ ਸਾਰੇ ਵਿਅਕਤੀ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਕੋਈ ਵੀ ਧਰਮ ਲੜਾਈ ਪੜਾਈ ਨਹੀਂ ਸਿਖਾਉਂਦਾ ਹੁਣ ਜਿਹੜੇ ਮੁੰਡੇ ਇਹ ਇਸ ਮੰਦਰ ਦੇ ਵਿੱਚ ਧਾਰਮਿਕ ਸਥਾਨ ਕੋਈ ਵੀ ਹੈ ਉਹਦੀ ਧਾਰਮਿਕ ਪਵਿੱਤਰਤਾ ਮਹਾਨ ਹੈ ਜੀ ਤੁਸੀਂ ਕਿਸੇ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਪਰ ਤੁਸੀਂ ਉਹਦੇ ਖਿਲਾਫ ਵਿੱਚ ਬੋਲ ਨਹੀਂ ਸਕਦੇ ਤੁਹਾਡੀ رائے ਕੋਈ ਵੀ ਹੋ ਸਕਦੀ ਹੈ ਉਜ ਰੋਜ਼ਮਰ ਉੱਥੇ ਆਏ ਸੀ ਸੀਸੀਟੀਵੀ ਦੇ ਕੈਮਰੇ ਹੋਗੇ ਇਹ ਇਸਲਾਮ ਗੰਜ ਗੋਪਾਲ ਮੰਦਿਰ ਆ ਅਰਤੀ ਚੱਲ ਰਹੀ ਸੀ ਉਹ ਆਪਣੀ ਧਾਰਮਿਕ ਪੂਜਾ ਕਰ ਰਹੇ ਸਨ ਇਹ ਜਿਹੜੇ ਸੱਜਣ ਉੱਥੇ ਜਿਹੜੇ ਵੀ ਉੱਥੇ ਬੂਠ ਪਾ ਕੇ ਗਏ ਨੇ ਇਹ ਬਹੁਤ ਹੈ ਦੂਜੇ ਦੇ ਧਰਮ ਦੀ અપਮਾਨ ਕਰਨਾ ਹੈ ਇਹਨਾਂ ਤੇ ਬਕਾਇਦਾ ਕਾਨੂੰਨ ਮੁਤਾਬਕ ਗ੍ਰਿਫਤਾਰੀਆਂ ਹੋਣ ਕਿਸ ਚੱਲੇ ਤੇ ਅਦਾਲਤਾਂ ਤੋਂ ਇਹਨਾਂ ਨੂੰ سزا ਦਵਾਈ ਜਾਵੇ ਇਹ ਕਦੇ ਇਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਮੰਦਰ ਦੇ ਵਿੱਚ ਕਦੇ ਮਸਜਿਦ ਦੇ ਵਿੱਚ ਤੇ ਕਿਤੇ ਇਹ ਸੋਚੀ ਸਮਝੀ ਸਾਜਿਸ਼ ਤਹਿਤ ਕੋਈ ਨਵਾਂ ਵਰਤਾਨ ਤਾਂ ਨਹੀਂ ਸਿਰਜਣ ਲੱਗੇ ਆਪਾਂ ਬਹੁਤ ਖੂਨ ਖਰਾਬਾ ਦੇਖ ਲਿਆ ਕਿਰਪਾ ਕਰੋ ਮੇਰੇ ਕਹਿਲ ਜੇ ਸਾਡੇ ਸਾਰੇ ਧਾਰਮਿਕ ਸੰਗਠਨ ਜਿੰਨਾਂ ਵੀ ਜਥੇਬੰਦੀਆਂ ਨੇ ਇਕੱਠੇ ਬੈ ਕੇ ਕੁਝ ਜਿਹੜੇ ਲੋਕਾਂ ਨੇ ਸਿਰਫ ਧਰਮ ਦੇ ਨਾਂ ਤੇ ਦੁਕਾਨਾਂ ਬਣਾਈਆਂ ਨੇ ਉਹਨਾਂ ਬਾਰੇ ਬੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਧਰਮਕਿਸਤਾਂ ਜਿੰਨੇ ਵੀ ਨੇ ਉਹ ਸਾਡੇ ਲਈ ਸਤਿਕਾਰਯੋਗ ਨੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤੁਸੀਂ ਕਿਸੇ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਜੀ ਤੁਸੀਂ ਕਿਸੇ ਧਰਮ ਨੂੰ ਮੰਨੋ ਜਾਂ ਨਾ ਮੰਨੋ ਇਹ ਤੁਹਾਡਾ ਵਿਅਕਤੀਗਤ ਹੈ ਪਰ ਕਿਸੇ ਦੀ ਬੇਅਦਬੀ ਕਰਨਾ ਜਾ ਕੇ ਇੱਕ ਗੈਰ ਕਾਨੂੰਨੀ ਆ ਸਖਤ ਕਾਰਵਾਈ ਦੀ ਲੋੜ ਹੈ ਜੀ ਜੀ ਸਰ ਸਭ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਪਰ ਉਸ ਤੋਂ ਪਹਿਲਾਂ ਕਿਹਾ ਜਾ ਰਿਹਾ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਦੇ ਵਿੱਚ ਕਮੀ ਆ ਸਕਦੀ ਹੈ ਜੀ ਹੁਣ ਤਾਂ ਕਰਨਗੇ ਦੇਖੋ ਜਦੋਂ 14 ਦੇ ਵਿੱਚ મોદી ਸਾਹਿਬ ਆਏ ਨੇ ਗੈਸ ਦਾ ਸਿਲੰਡਰ 400 ਤੋਂ 450 ਹੋਇਆ ਸੀ ਇੱਥੇ ਤਾਂ ਇਹਨਾਂ ਦੀ ਇੱਕ ਮੰਤਰੀ ਦਾ ਨਾ ਹੀ ਸਿਲੰਡਰ ਰਾਣੀ ਰੱਖਤਾ ਸੀ ਹੁਣ ਪਤਾ ਹੈ ਪਹਿਲਾਂ ਤੁਸੀਂ ਚੱਕ ਦਿਓ ਫੱਟੇ ਡੂੜ 200 ਰੁਪਿਆ ਵਧਾ ਦਿਓ ਮੁਰਗੇ 15 ਰੁਪਏ ਸਸਤਾ ਕਰ ਦਿਓ 15 ਰੁਪਏ ਦੇਸੀ ਜਾਣਗੇ 250 ਨਹੀਂ ਦਿੰਦਾ ਜੀ ਸੋ ਪਤਾ ਲੱਗਿਆ ਕਿ 24 ਦੀਆਂ ਲੋਕ ਸਭਾ ਚੋਣਾਂ ਦੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਵਲੇ ਡੀਜ਼ਲ ਪੈਟਰੋਲ ਦੇ ਭਾਅ ਸੀ ਉਹ 60 ਰੁਪਏ ਤੇ ਡੀਜ਼ਲ ਜਿਹੜਾ ਸੀ ਉਹ 40 ਦੇ ਆਸ-ਪਾਸ ਸੀ ਤੇ ਕੱਚੇ ਤੇਲ ਦੀ ਕੀਮਤ ਅੱਜ ਦੇ ਮੁਕਾਬਲੇ ਕਿਤੇ ਜ਼ਿਆਦਾ ਸੀ 130 ਦਾ 135 ਪ੍ਰਤੀ ਵੈਰਲ ਸੀ ਡਾਲਰ ਹੁਣੇ ਘਟ ਗਿਆ ਨੇ ਕੀਮਤਾਂ ਵਧੀਆਂ ਹੋਈਆਂ ਨੇ ਹੁਣ ਚੋਣਾ ਚ ਜਾਣਾ ਹੈ ਹੁਣ ਉੱਤੇ ਇਹਨਾਂ ਨੂੰ ਦਿਸਣ ਲੱਗ ਗਿਆ ਕਿ ਜੀ ਤੇਲ ਕੰਪਨੀਆਂ ਤਾਂ ਪੈਸੇ ਬਹੁਤ ਕਮਾਰੀਆਂ ਨੇ ਫਰਕ ਫੇਰ ਉਹੀ ਹੈ ਸਰਕਾਰਾ ਭਾਈ ਲਾਲੋ ਦੀ ਥਾਤੇ ਮਲਕਪੋਆ ਗੋਂ ਦੇ ਨਾਲ ਖੜਦੀਆਂ ਜੀ ਦਿਲ ਸਾਹਿਬ ਫਾਸਟਵੇ ਦੇ ਮਾਲਕ ਨੇ ਜੀ ਗੁਰਦੀਪ ਸਿੰਘ ਜੁਝਾਰ ਦੇ ਕਰ ਪੁਲਸ ਵੱਲ ਛਾਪੇਮਾਰੀ ਕੀਤੀ ਗਈ ਆ ਕੱਲ ਉਹਨਾਂ ਦੇ ਘਰ ਤੇ ਛਾਪੇਮਾਰੀ ਗਈ ਕੀਤੀ ਗਈ ਸੀ ਸਾਰਿਆਂ ਨੇ ਅਕਾਲੀ ਆਗੂਆਂ ਨੇ ਵੀ ਕਈਆਂ ਹੋਰਾਂ ਨੇ ਨਖੇਦੀ ਕੀਤੀ ਹੈ ਕਹਿੰਦੇ ਕੇਸ ਉਹਨਾਂ ਤੇ ਸ਼ਾਇਦ ਉੱਥੇ ਦਰਜ ਹੋਇਆ ਹੋਵੇ ਮੋਹਾਲੀ ਦੇ ਵਿੱਚ ਕਹਿੰਦਾ ਕੇਸ ਹੈ ਕੋਈ ਉੱਥੇ ਨਿੱਕੀ ਮੁੱਟੀ ਆਈਟਮ ਚੋਰੀ ਕਰਨ ਦਾ ਉਹ ਘਰੇ ਨਹੀਂ ਬਿਲੇ ਉਹਨਾਂ ਦੀ ਧਰਮ ਪਤਨੀ ਨੇ ਤਾਂ ਕੁਝ ਤਲਾਸ਼ੀ ਤਰੂਸ਼ੀ ਲੈ ਕੇ ਵੀ ਆਏ ਨਹੀਂ ਸੋ ਇਸ ਮਾਮਲੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਗੁਰਦੀਪ ਸਿੰਘ ਉਹ ਰਾਤੇ ਜਿਹੜਾ ਕਾਨੂੰਨ ਮੁਤਾਬਕ ਜੋ ਮਰਜ਼ੀ ਕਰੋ ਪਰ ਪਿਛਲੇ ਲੰਬੇ ਸਮੇ ਤੋਂ ਇਹ ਇੱਕ ਧੰਦਾ ਬਣ ਗਿਆ ਜਿਹੜੀ ਸਰਕਾਰ ਆਉਂਦੀ ਹੈ ਉਹ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਆਪਣੇ ਕਬਜ਼ਾ ਕਰਨ ਦੀ ਯਤਨ ਕਰਦੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ